ਪ੍ਰਾਇਮਟਾਲੇ ਚੈਨਲ ਵੇਸਤਾਰੇ ਸਰੈਂਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪ ਅਫੇਰ ਲੈ ਕੇ ਆਏ ਆ ਤੁਹਾਡੇ ਸਾਰਿਆਂ ਵਾਸਤੇ ਇੱਕ ਨਵੀਂ ਵੀਡੀਓ ਇਸ ਤੋਂ ਪਹਿਲਾਂ ਕਿ ਵੀਡੀਓ ਦੀ ਸ਼ੁਰੂਆਤ ਕਰੀਏ ਜੇ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੇ ਜੇ ਵੀਡੀਓ ਪਸੰਦ ਆਈਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੀਆਂ ਯੂਨੀਵਰਸਿਟੀ ਪੀ ਦੀ ਅਬਿਗਲੀਮੈਂਟੋ ਜਾਨੀ ਕੀ ਡਿਫਰੈਂਟ ਟਾਈਪਸ ਆਫ ਕਲੋਥਸ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਸੇ ਦੱਸ ਦਈਏ ਕਿ ਕਲੋਥਸ ਦੇ ਨਾਮ ਤਾਨੂੰ ਇਟਾਲੀਅਨ ਵਿੱਚ ਲਿਖੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗੇ ਸੋ ਅਜ ਦਾ ਆਪਣਾ ਪਹਿਲਾ ਸ਼ਬਦ ਹੈ ਮਾਲੀਏਟਾ ਮਾਲੀਏਟਾ ਆਪਾਂ ਇੰਗਲਿਸ਼ ਕਹ ਸਕਦੀਆਂ ਟੀ-ਸ਼ਰਟ ਤੇ ਪੰਜਾਬੀ ਵਿੱਚ ਕਮੀਜ਼ ਉਸ ਤੋਂ ਬਾਅਦ ਆਂਦਾ ਹੈ ਪੰਤਲੋਨੀ ਪੰਤਲੋਨੀ ਮੀਨਸ ਟਰੌਜ਼ਰਸ ਤੇ ਪੰਜਾਬੀ ਵਿੱਚ ਆਪਾਂ ਕਹਿੰਦੇ ਪੈਂਟਸ ਉਸ ਤੋਂ ਬਾਅਦ ਆਂਦਾ ਹੈ ਗੋਨਾ ਗੋਨਾ ਮੀਨਸ ਸਕਰਟ ਤੇ ਪੰਜਾਬੀ ਵਿੱਚ ਵੀ ਆਪਾਂ ਸਕਰਟ ਕਹਿ ਸਕਦੇ ਹਾਂ ਉਸ ਤੋਂ ਬਾਅਦ ਆਂਦਾ ਹੈ ਮਾਗਲੋਨੇ ਮਾਗਲੋਨੇ ਨੂੰ ਇੰਗਲਿਸ਼ ਵਿੱਚ ਜੰਪਰ ਜਾਂ ਸਵੈਟਸ਼ਰਟ ਕਹਿ ਸਕਦੇ ਆ ਤੇ ਪੰਜਾਬੀ ਵਿੱਚ ਆਪਾਂ ਮਾਗਲੋਨੇ ਨੂੰ ਕਹਿੰਦੇ ਆ ਕੋਟੀ ਉਸ ਤੋਂ ਬਾਅਦ ਆਂਦਾ ਹੈ ਵੈਸਟਿਟੋ ਵੈਸਟਿਟੋ ਮੀਨਸ ਡਰੈਸ ਤੇ ਪੰਜਾਬੀ ਵਿੱਚ ਵੀ ਆਪਾਂ ਇਹਨੂੰ ਡਰੈਸ ਜਾਂ ਫਰੌਕ ਕਹਿੰਦਾ ਉਸ ਤੋਂ ਅਗਲਾ ਸ਼ਬਦ ਹੈ ਕਮੀਚਾ ਮਾਗਿਏਟਾ ਤੇ ਕਮੀਚਾ ਵਿੱਚ ਫਰਕ ਕੀ ਹੁੰਦਾ ਆ ਕਿ ਕਮੀਚਾ ਦਾ ਲੌਂਗ ਸਲੀਵਸ ਹੁੰਦੇ ਆ ਤੇ ਮਲੈਟ ਦੇ ਸ਼ਾਰਟ 슬ੀਵਸ ਹੁੰਦੇ ਆ ਇੰਗਲਿਸ਼ ਵਿੱਚ ਜੇ ਕਮਿਸ਼ਨ ਨੂੰ ਮੈਨ ਵੇਅਰ ਕਰਦਾ ਆ ਤੇ ਆਪਾਂ ਕਹਿ ਸਕਦੇ ਆ ਸ਼ਰਟ ਤੇ ਜੇ ਵੂਮਨ ਵੇਅਰ ਕਰਦੀ ਆ ਤੇ ਆਪਾਂ ਕਹਿ ਸਕਦੇ ਆ ਬਲਾਊਜ਼ ਤੇ ਪੰਜਾਬੀ ਵਿੱਚ ਵੀ ਆਪਾਂ ਇਹਨੂੰ ਸ਼ਰਟ ਹੀ ਕਹਿੰਦੇ ਆ ਉਸ ਤੋਂ ਬਾਅਦ ਆਂਦਾ ਹੈ ਕਾਲਸੇ ਕਾਲਸੇ ਮੀਨਸ ਸੌਕਸ ਤੇ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਆ ਜੁਰਾਬਾਂ ਉਸ ਤੋਂ ਅਗਲਾ ਸ਼ਬਦ ਹੈ ਪੈਂਟਲੂਨ ਚੀਨੀ ਪੈਂਟਲੂਨ ਚੀਨੀ ਨੂੰ ਆਪਾਂ ਇੰਗਲਿਸ਼ ਵਿੱਚ ਸ਼orts ਕਹਿ ਸਕਦੇ ਆ ਤੇ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਹਾਂ ਕੈਪਰੀ ਉਸ ਤੋਂ ਅਗਲਾ ਸ਼ਬਦ ਹੈ جاਕਾ ਜਾਕਾ ਮੀਨਸ ਕੋਟ ਜਾਕਾ ਆਬਵੀਅਸਲੀ ਇੰਵਰਨੋ ਨੂੰ ਯੂਜ਼ ਕੀਤਾ ਜਾਂਦਾ ਇੰਵਰਨੋ ਮੀਨਸ ਵਿంటర్ ਜਾਨੀ ਕਿ ਸਿਆਲ ਨੂੰ ਯੂਜ਼ ਕੀਤਾ ਜਾਂਦਾ ਹੈ ਤੇ ਹੋਰ ਵੀ ਸਿਆਲਾਂ ਨੂੰ ਯੂਜ਼ ਕਰਨ ਵਾਲੀਆਂ ਚੀਜ਼ਾਂ ਕਈ ਨੇ ਜਿਦਾ ਕਿ ਗਵਾਂਤੀ ਗਵਾਂਤੀ ਮੀਨਸ ਗਲਵਸ ਜਿਹਨੂੰ ਕਿ ਆਪਾਂ ਪੰਜਾਬੀ ਵਿੱਚ ਕਹਿੰਦੇ ਦਾ ਦਸਤਾਨੇ ਉਸ ਤੋਂ ਬਾਅਦ ਆਪਾਂ ਸਿਆਰਾਂ ਨੂੰ ਟੋਪੀ ਵੀ ਪਾਈਦੀ ਆ ਜਿਹਨੂੰ ਆਪਾਂ ਇਟਾਲੀਅਨ ਵਿੱਚ ਕਹਿ ਸਕਦੇ ਆ ਕਾਪੈਲੋ ਤੇ ਇੰਗਲਿਸ਼ ਵਿੱਚ ਕਹਿ ਸਕਦੇ ਆ ਹੈਟ ਹੁਣ ਜੇ ਆਪਾਂ ਗੱਲ ਕਰੀਏ ਪਹਿਰਾਚ ਪਾਉਣ ਵਾਲੀਆਂ ਚੀਜ਼ਾਂ ਬਾਰੇ ਤੇ ਆਪਣਾ ਪਹਿਲਾ ਸ਼ਬਦ ਆਂਦਾ ਹੈ ਸਕਰਪੇ ਸਕਰਪੀਆ ਮੀਨਸ ਸ਼ੂਜ਼ ਜਿਹਨੂੰ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਆ ਬੂਟਸ ਉਸ ਤੋਂ ਬਾਅਦ ਆਉਂਦੇ ਆ ਚਬੱਤੇ ਚਬੱਤੇ ਮੀਨਸ ਫਲੋਕਰਸ ਤੇ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਆ ਚੱਪਲ ਉਸ ਤੋਂ ਬਾਅਦ ਆਂਦਾ ਹੈ ਸਾਂਦਾਲੀ ਸਾਂਦਾਲੀ ਮੀਨਸ ਸੈਂਡਲਸ ਤੇ ਪੰਜਾਬੀ ਵਿੱਚ ਵੀ ਆਪਾਂ ਇਹਨੂੰ ਸੈਂਡਲਿਸ ਹੀ ਕਹਿੰਦੇ ਆ ਫਿਰ ਆਂਦਾ ਹੈ ਸਤੀਵਾਲੀ ਸਤੀਵਾਲੀ ਮੀਨਸ ਰੇਨ ਬੂਟਸ ਸਤੀਵਾਲੀ ਯੂਸੂਅਲੀ ਅਦੋਂ ਯੂਜ਼ ਕੀਤੇ ਜਾਂਦੇ ਆ ਜਦ ਹੈਵੀ ਰੇਨ ਹੁੰਦੀ ਆ ਜਾਂ ਫਿਰ ਉਹ ਯੂਜ਼ ਕਰਦੇ ਆ ਜਿਹੜੀ ਲੋਕੀ ਖੇਤੀਬਾੜੀ ਕਰਦੇ ਆ ਤੇ ਇਸ ਦੇ ਨਾਲ ਹੀ ਅੱਜ ਆਪਣੀ ਵੀਡੀਓ ਖਤਮ ਕਰਦੇ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਆਲਸੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਸੋ ਥਿਸ ਇਜ਼ ਇਨਫੋਰ ਸਡੇ ਥੈਂਕਸ ਫॉर ਵਾਚਿੰਗ ਅਗਲੀ ਵੀਡੀਓ ਵਿੱਚ ਮਿਲਦੇ ਹਾਂ